ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਡਲ ਟੀਵੀ, ਮੈਂ ਹਰਜਸੀ ਕੌਰ। ਨਿਊਜ਼ੀਲੈਂਡ ਸਰਕਾਰ ਦੇ ਫ੍ਰੀ ਬ੍ਰੈਸਟ ਕੈਂਸਰ ਸਕਰੀਨਿੰਗ ਦੇ ਫੈਸਲੇ ਨੂੰ ਹੁਣ ਅੱਗੇ ਕਰ ਦਿੱਤਾ ਗਿਆ। ਦੱਸ ਜਾਂਦੇ ਹਾਂ ਕਿ ਇਸ ਸਮੇਂ 45 ਸਾਲ ਤੋਂ 69 ਸਾਲ ਦੀਆਂ ਔਰਤਾਂ ਫ੍ਰੀ ਸਕਰੀਨਿੰਗ ਬ੍ਰੈਸਟ ਸਕਰੀਨਿੰਗ ਕਰਵਾ ਸਕਦੀਆਂ ਨੇ, ਪਰ ਇਸ ਨੂੰ 74 ਸਾਲ ਤੱਕ ਕਰਨ ਦਾ ਫੈਸਲਾ ਸਰਕਾਰ ਦੇ ਵੱਲੋਂ, ਕੋਲੀਸ਼ਨ ਸਰਕਾਰ ਦੇ ਵੱਲੋਂ ਲਿਆ ਗਿਆ, ਪਰ ਹੁਣ ਇਹ 2025 ਦੇ ਅੰਤ ਤੱਕ ਲਾਗੂ ਹੋਵੇਗਾ। 45 ਸਾਲ ਤੋਂ ਲੈ ਕੇ 69 ਸਾਲ ਦੀਆਂ ਔਰਤਾਂ ਇਹ ਫ੍ਰੀ ਬ੍ਰੈਸਟ ਸਕਰੀਨਿੰਗ ਹਰ 2 ਸਾਲ ਬਾਅਦ ਕਰਵਾ ਸਕਦੀਆਂ ਨੇ, ਅਤੇ 2025 ਦੇ ਅੰਤ ਤੋਂ 74 ਸਾਲ ਤੱਕ ਦੀਆਂ ਔਰਤਾਂ ਵੀ ਇਸ ਦਾ ਲਾਹਾ ਲੈ ਸਕਣਗੀਆਂ। ਬ੍ਰੈਸਟ ਕੈਂਸਰ ਫਾਊਂਡੇਸ਼ਨ ਦੇ ਚੀਫ ਐਗਜ਼ੀਕਿਊਟਿਵ ਦੇ ਵੱਲੋਂ ਅੱਜ ਸਵੇਰੇ ਇੱਕ ਨਿਊਜ਼ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਉਹ ਚਾਹੁੰਦੇ ਨੇ ਕਿ ਇਸ ਨੂੰ ਇਮੀਡੀਏਟਲੀ ਲਾਗੂ ਕੀਤਾ ਜਾਵੇ, ਪਰ ਇਸ ਦੇ ਵਿੱਚ ਅਜੇ ਵੀ ਕਈ ਔਂਕੜਾਂ ਨੇ। ਉਹਨਾਂ ਮੁਤਾਬਿਕ ਇਸ ਫੈਸਲੇ ਦੇ ਨਾਲ ਇਸ ਦੇ ਵਿੱਚ 1,20,000 ਦੇ ਕਰੀਬ ਹੋਰ ਔਰਤਾਂ ਐਡ ਹੋਣਗੀਆਂ, ਜਿਨ੍ਹਾਂ ਦੇ ਲਈ ਹੋਰ ਮਸ਼ੀਨਰੀ ਅਤੇ ਹੋਰ ਨਵੀਆਂ ਸਾਈਟਸ ਦੀ ਲੋੜ ਪਵੇਗੀ, ਅਤੇ ਜਿਸ ਨੂੰ ਬਣਾਉਣ ਦੇ ਵਿੱਚ ਥੋੜ੍ਹਾ ਹਜੇ ਸਮਾਂ ਲੱਗੇਗਾ। ਇਸ ਕਰਕੇ ਇਹ ਫੈਸਲਾ ਲਿਆ ਗਿਆ ਅਤੇ 2025 ਦੇ ਅੰਤ ਤੱਕ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ।